ਰੱਖਿਆ, ਰੱਬ ਨੇ ਇਹਸਾਨ ਨਹੀਂ ਦਿੱਤਾਇਆ, ਇਹ ਕੰਨਾਂ ਵਾਲੀ ਨਿਮਤ ਅੱਲਾ ਨੇ ਅਤਾ ਕੀਤੀ ਹੈ। ਇੱਕ ਦੌਰ ਆਉਂਦਾ ਹੈ ਜ਼ਿੰਦਗੀ ਦਾ, ਇੱਕ ਵਕਤ ਆਉਂਦਾ ਹੈ, ਇੱਕ ਜ਼ਮਾਨਾ ਆਉਂਦਾ ਹੈ, ਕੰਨਾਂ ਦੀ ਸਮਾਤ ਖਤਮ ਹੋ ਗਈ। ਪਤਾ ਲੱਗਾ ਮਾਲੂਮ ਹੀ ਹੋਇਆ ਕੰਨ ਵੀ ਬੇਵਫਾ, ਰੱਬ ਇਹਸਾਨ ਕਿਉਂ ਦਿੱਤਾਇਆ। ਮੇਰੇ ਦੋਸਤੋ, ਮੇਰੇ ਬਜ਼ੁਰਗੋ, ਅੱਲਾ ਕਰੀਮ ਨੇ ਜ਼ਮਾਨ ਅਤਾ ਕੀਤੀ ਹੈ ਬੜੀ ਨਿਮਤ ਤੇ, ਲੇਕਿਨ ਰੱਬ ਇਹਸਾਨ ਨਿਮਤਾਂ ਨਹੀਂ ਹੈ। ਮੇਰੇ ਦੋਸਤੋ, ਤੁਸੀਂ
مصیبت اٹھاندا ہے، مشقت برداشت کرتا ہے، ساری پریشانیاں برداشت کرتا ہے۔ ایک وقت آتا ہے، ایک دور تے ٹائم آتا ہے میرے دوستو، وہ اولاد اپنے باپ نو اپنے ہاتھوں دے نال مٹی دے حوالے کر چھڑ دیے۔ حاضرین محترم، میرے دوستو، میرے بزرگو، ساری اعلان کر چھڈیا ہے۔
ਮੌਤ ਦਾ ਜ਼ੈਕਾ ਹਰ ਕੈ ਚਖਣਾ ਹੈ, ਤੇ ਬਾਕੀ ਰਾਵਣ ਵਾਲੀ ਜ਼ਾਤ ਕਿਹੜੀ ਹੋਣੀ ਹੈ। ਇਹ ਹਰ ਚੀਜ਼ ਫਨਾ ਹੋ ਵਜਣੀ ਹੈ, ਹਰ ਸ਼ਹਿ ਮਿਟ ਵਜਣੀ ਹੈ, ਇਹ ਜ਼ਮੀਨ ਖਤਮ ਹੋ ਵਜਣੀ ਹੈ, ਇਹ ਕੋਈ ਸ਼ਹਿ ਦੁਨੀਆਂ ਤੇ ਰਹਿਣੀ ਕੋਈ ਨਹੀਂ, ਇੱਕੋ ਜ਼ਾਤ ਰਹਿਣੀ ਹੈ। ਕੁੱਲ ਮਨ ਮਰਨਾ, ਉਹ ਜਿਸ ਮਰਨੇ
ਮੇਰੇ ਦੋਸਤੋ ਅਗਰ ਮੇਰੇ ਆਕਾ ਦੇ ਗੁਲਾਮ
پریشانی ہوے دکھ میرے محمد علی اللہ کریم نے اپنے نبی دی صفت بھی بیان کیتی ہے تکلیف مومناں نوں ہوندی ہے تے پریشان میرا نبی ہوندا ہے لگد جا اقم رسول من انفسکم عزیز علیہ ما انتم حریص علیکم بالمؤمنین رو دوستوں